ਗੋਲਡੀ ਨੂੰ ਡਰਾ ਧਮਕਾ ਕੇ ਉਹਦੀ ਵਿਜੀਲੈਂਸ ਇਨਕੁਆਇਰੀਜ਼ ਮਲਟੀਪਲ ਹੋ ਰਹੀਆਂ ਸੀਗੀਆਂ, ਉਹਨੂੰ ਆਪਣੇ ਨਾਲ ਲਾਇਆ। ਜਿਹੜਾ ਚੀਫ ਮਿਨਿਸਟਰ ਕਹਿ ਰਿਹਾ ਵਾ ਕਿ ਮੈਂ 13 ਸੀਟਾਂ ਜਿੱਤਣੀਆਂ, ਜਿੱਦਾਂ ਚੱਬੇਵਾਲ ਨਾਲ ਹੋਇਆ, ਰਾਜਕੁਮਾਰ ਨਾਲ, ਦੋ ਦਿਨ ਪਹਿਲਾਂ ਕਰਜ਼ੇ ਦੀ ਪੰਡ ਚੱਕ ਕੇ ਆਏ, ਸੰਗਲ ਪਾ ਕੇ ਆਏ, ਅਤੇ ਤੀਜੇ ਦਿਨ ਆਮ ਆਦਮੀ ਪਾਰਟੀ ਚਲੇ ਗਏ। ਸਰ ਗੋਲਡੀ ਇਲਜ਼ਾਮ ਲਗਾ ਰਹੇ ਨੇ, ਕਹਿੰਦੇ ਸਾਰੀ ਪਹਿਲਾਂ ਸੈਟਿੰਗ ਕਰੀ ਹੋਈ ਸੀ ਜਦੋਂ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ ਸੀ। ਕੋਈ ਸੈਟਿੰਗ ਨਹੀਂ ਜੇਲ੍ਹ 'ਚ, ਉਹਦਾ ਮੈਨੂੰ ਮਿਲਣ ਆਏ ਸੀਗੇ ਸਾਰੇ ਲੀਡਰ, ਕਹਿੰਦੇ ਸੀਗੇ ਕਿ ਐਤਕੀ ਕਿਉਂਕਿ ਭਗਵੰਤ ਨੇ ਤੇਰੇ ਨਾਲ ਬੜੀ ਜ਼ਿਆਦਤੀ ਕੀਤੀ ਹੈ ਅਤੇ ਅਸੀਂ ਚਾਹਵਾਂਗੇ ਤੁਸੀਂ ਜ਼ਰੂਰ ਲੜ, ਉਦੋਂ ਫਾਈਨਲ ਥੋੜ੍ਹੋ ਸੀਟ ਹੁੰਦੀ ਕੋਈ। ਗੋਲਡੀ ਪਾਰਟੀ ਨਾਲ ਵੱਡਾ ਵਾ, 35 ਸਾਲ ਦੀ ਉਮਰ 'ਚ ਐੱਮ ਐੱਲ ਏ ਬਣ ਗਿਆ, ਇਹਨੂੰ ਕੋਈ ਮਤਲਬ ਇਸ ਗੱਲ ਦੀ ਤਸੱਲੀ ਨਹੀਂ ਹੈ। ਕਿੰਨੇ ਲੋਕ ਨੇ ਜਿਹੜੀਆਂ ਸਾਰੀਆਂ ਉਮਰ ਨਾਲ ਲੰਘ ਜਾਂਦੀਆਂ ਉਹ ਐੱਮ ਐੱਲ ਏ ਨਹੀਂ ਬਣ ਸਕਦੇ। ਪਰ ਮੈਂ ਤੁਹਾਨੂੰ ਕਹਿੰਦਾ ਦਾਅਵੇ ਨਾਲ ਕਹਿ ਰਿਹਾ ਕਿ ਕਾਂਗਰਸ ਦਾ ਕੇਡਰ ਜਿੱਥੇ ਧੂੜੀ 'ਚ ਖੜਾ ਸੀਗਾ ਉਹ ਖੜਾ ਵਾ, ਅਤੇ ਥੋੜ੍ਹੀ ਬਹੁਤੀ ਵੋਟ ਸਾਨੂੰ ਵੱਧ ਹੀ ਪਵੇਗੀ। ਗੱਲ ਆ ਮੇਰੀ ਕੈਮਰੇ 'ਤੇ ਸੁਣ ਲਓ ਅਤੇ ਉਹਨੂੰ ਸੁਣਾ ਦਿਓ, ਉਹਨੂੰ ਕਿਹਾ ਜੇ ਮੈਂ ਨਾ ਬੀਜੇਪੀ ਜੁਆਇਨ ਕੀਤੀ ਮਾਫ਼ੀ ਮੰਗੇਗਾ ਲੋਕਾਂ ਤੋਂ, ਖੇਰੇ ਤੋਂ ਮਾਫ਼ੀ ਮੰਗੇਗਾ। ਖਹਿਰਾ ਸਾਹਿਬ ਕਿਵੇਂ ਦੇਖਦੇ ਹੋ, ਨਾਰਾਜ਼ਗੀ ਚੱਲ ਰਹੀ ਸੀ ਦਲਵੀਰ ਗੋਲਡੀ ਦੀ ਪਰ ਹੁਣ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਨੇ? ਨਹੀਂ, ਮੇਰਾ ਖਿਆਲ ਹੈ ਕਿ ਇਹਦੇ 'ਚ ਜਿਹੜੀ ਜੁਆਇਨਿੰਗ ਹੋਈ ਨਾ, ਇੱਕ ਤਾਂ ਬਹੁਤ ਇੱਕ ਸਿਰੇ ਦਾ ਓਪਰਚੁਨਿਜ਼ਮ ਆ, ਔਰ ਇੱਕ ਧੋਖਾਧੜੀ ਦੀ ਪੋਲੀਟਿਕਸ ਆ, ਔਰ ਤੀਸਰਾ ਇਹਦੇ 'ਚ ਐਂਗਲ ਹੈਗਾ ਕਿ ਗੋਲਡੀ ਨੂੰ ਡਰਾ ਧਮਕਾ ਕੇ ਉਹਦੀ ਵਿਜੀਲੈਂਸ ਇਨਕੁਆਇਰੀਜ਼ ਮਲਟੀਪਲ ਹੋ ਰਹੀਆਂ ਸੀਗੀਆਂ, ਉਹਨੂੰ ਆਪਣੇ ਨਾਲ ਲਾਇਆ। ਪਰ ਇਹਦੇ 'ਚ ਸਭ ਤੋਂ ਇੰਪੋਰਟੈਂਟ ਸੁਨੇਹਾ ਜਿਹੜਾ ਅਗਰ ਤੁਸੀਂ ਕਲੋਜ਼ਲੀ ਵਾਚ ਕਰੋਗੇ ਤਾਂ ਇਹ ਭਗਵੰਤ ਮਾਨ ਦੀ ਘਬਰਾਹਟ ਹੈ। ਜਿਹੜਾ ਚੀਫ ਮਿਨਿਸਟਰ ਕਹਿ ਰਿਹਾ ਵਾ ਕਿ ਮੈਂ 13 ਸੀਟਾਂ ਜਿੱਤਣੀਆਂ, ਅਤੇ ਉਹ ਸਾਰੇ ਪੰਜਾਬ ਦੇ ਵਿੱਚ ਘੁੰਮ ਕੇ ਕਹਿ ਰਿਹਾ ਕਿ ਸਾਡਾ ਤਾਂ ਕੋਈ ਮੁਕਾਬਲਾ ਨਹੀਂ ਗਾ, ਫਿਰ ਆਪਣੇ ਹੋਮ ਡਿਸਟ੍ਰਿਕਟ ਵਿੱਚ ਆਪਣੀ ਹੋਮ ਸੀਟ ਧੂਰੀ 'ਤੇ ਜਿਹੜਾ ਉਹਦਾ ਕੱਟੜ ਓਪੋਨੈਂਟ ਹੈ, ਤੁਸੀਂ ਉਹਨੂੰ ਆਪਣੇ ਨਾਲ ਜੁਆਇਨ ਕਰਵਾ ਰਹੇ ਹਾਂ, ਅਤੇ ਇਹਦਾ ਮਤਲਬ ਹੈ ਕਿ ਤੁਸੀਂ ਬਹੁਤ ਘਬਰਾਏ ਹੋਏ ਹੋ। ਤੁਸੀਂ ਕਾਂਗਰਸ ਤੋਂ ਅਤੇ ਖਹਿਰੇ ਤੋਂ ਇੰਨੇ ਘਬਰਾ ਗਏ ਹੋ ਕਿ ਤੁਸੀਂ ਹਰ ਇੱਕ ਦੇ ਮਿੰਤ ਕੱਢਣ ਨੂੰ ਤਿਆਰ ਹੈ। ਔਰ ਦੂਸਰਾ ਕਿ ਜਿਹੜਾ ਮੈਂ ਤੁਹਾਨੂੰ ਕਿਹਾ ਕਿ ਗੋਲਡੀ ਦੇ ਖਿਲਾਫ਼ ਇੱਕ ਇਹਦੇ ਜਿਹੜੇ ਜਿੰਮ ਵਗੈਰਾ ਇਹਨੇ ਪਿੰਡਾਂ 'ਚ ਦਵਾਏ ਸੀ, ਉਹਦੀ ਵਿਜੀਲੈਂਸ ਇਨਕੁਆਇਰੀ 40-50 ਸਰਪੰਚਾਂ ਦੀ ਸਟੇਟਮੈਂਟ ਰਿਕਾਰਡ ਹੋ ਚੁੱਕੀ ਹੈ। ਦੂਸਰਾ ਹੈਗਾ ਇਹਦਾ ਜਿਹੜਾ ਟਾਈਲਾਂ ਦੀ ਫੈਕਟਰੀ ਲਾਈ ਸੀ, ਸਾਰੇ ਇੰਟਰਲੋਕਿੰਗ ਟਾਈਲਸ ਪਿੰਡਾਂ 'ਚ ਧੱਕੇ ਨਾਲ ਦਵਾਈਆਂ। ਸੋ ਇਹਨੇ ਉਹਨੂੰ ਪ੍ਰੈਸ਼ਰ ਦਵਾ, ਜਿੱਦਾਂ ਚੱਬੇਵਾਲ ਨਾਲ ਹੋਇਆ ਰਾਜਕੁਮਾਰ ਨਾਲ, ਦੋ ਦਿਨ ਪਹਿਲਾਂ ਕਰਜ਼ੇ ਦੀ ਪੰਡ ਚੱਕ ਕੇ ਆਏ, ਸੰਗਲ ਪਾ ਕੇ ਆਏ, ਅਤੇ ਤੀਜੇ ਦਿਨ ਆਮ ਆਦਮੀ ਪਾਰਟੀ ਚਲੇ ਗਏ। ਇਹ ਵੀ ਦੋ ਦਿਨ ਮੈਨੂੰ ਬੁਲਾਇਆ ਵਾ, ਆਪਣੇ ਵਰਕਰਸ ਦੇ ਸਾਹਮਣੇ ਮੇਰੀਆਂ ਤਾਰੀਫਾਂ ਕੀਤੀਆਂ ਕਿ ਖਹਿਰਾ ਇੱਕ ਫਾਈਟਰ ਆ, ਅਤੇ ਆਪਾਂ ਸਾਰਿਆਂ ਨੇ ਖਹਿਰੇ ਦੀ ਸਪੋਰਟ ਕਰਨੀ। ਹੁਣ ਇੱਕ ਡੇਢ ਦਿਨ ਵਿੱਚ ਕੀ ਫਰਕ ਪੈ ਗਿਆ ਸੀ? ਸੋ ਦਿਸ ਇਜ਼ ਗਰੋਸ ਕੀ ਕਹਿੰਦੇ ਇਮੋਰੈਲਿਟੀ, ਅਨਐਥੀਕਲ ਪੋਲੀਟਿਕਸ। ਔਰ ਗੋਲਡ ਮੇਰਾ ਕੁਛ ਨਹੀਂ ਜਾਣਾ, ਮੈਂ ਉਸ ਪਰਮਾਤਮਾ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਅਸੀਂ ਜਿੱਤਾਂਗੇ ਕਿਉਂਕਿ ਮੈਨੂੰ ਵਾਈਡ ਸਪਰੈਡ ਸਪੋਰਟ ਆ। ਇਹਨੇ ਆਪਣਾ ਪੋਲੀਟੀਕਲ ਕਰੀਅਰ ਖਰਾਬ ਕਰ ਲਿਆ। ਪਰ ਗੋਲਡੀ ਇਲਜ਼ਾਮ ਲਗਾ ਰਹੇ ਨੇ, ਕਹਿੰਦੇ ਸਾਰੀ ਪਹਿਲਾਂ ਸੈਟਿੰਗ ਕਰੀ ਹੋਈ ਸੀ ਜਦੋਂ ਖਹਿਰਾ ਸਾਹਿਬ ਜੇਲ੍ਹ ਦੇ ਵਿੱਚ ਸੀ, ਉਦੋਂ ਰਾਜਾ ਬੜਿੰਗ ਬਾਜਵਾ ਸਾਹਿਬ ਪਹਿਲੀ ਸੈਟਿੰਗ ਕਰਕੇ ਆਏ ਸੀ ਵੀ ਮੈਂ ਤਾਂ ਜੀ ਸੰਗਰੂਰ ਦੀ ਸੀਟ ਚਾਹੀਦੀ ਹੋ ਚਾਹੀਦੀ ਹੈ। ਨਹੀਂ ਦੇਖੋ, ਇਹ ਸੰਗਰੂਰ ਦੀ ਸੀਟ ਕਿਹੜੇ ਆਧਾਰ 'ਤੇ ਮੰਗ ਰਿਹਾ ਸੀਗਾ? ਇਹ ਅਸੈਂਬਲੀ ਹਾਰਿਆ ਬਹੁਤ ਬੁਰੀ ਤਰ੍ਹਾਂ ਨਾਲ, ਫਿਰ ਉਸ ਤੋਂ ਬਾਅਦ ਉਹਨਾਂ ਨੇ ਜੋ ਮੈਂ ਕਿਹਾ ਉਹ ਸੈਟਿੰਗ ਪਹਿਲਾਂ ਹੋਈ ਸੀ, ਪਹਿਲਾਂ ਉੱਥੇ ਆ ਰਿਹਾ, ਇਹਨੂੰ ਟਿਕਟ ਦਿੱਤੀ ਉਹਨਾਂ ਨੇ ਪਾਰਲੀਮੈਂਟ ਦੀ, ਇਹਨੂੰ ਸਿਰਫ 75,000 ਵੋਟ ਪਈ। ਕਾਂਗਰਸ ਦਾ ਪੁਖਤਾ ਕੇਡਰ 2.25 ਲੱਖ ਦਾ, ਇਹਨੂੰ ਕਾਂਗਰਸ ਦੇ ਕੇਡਰ ਨੇ ਨਹੀਂ ਵੋਟ ਪਾਈ। ਫਿਰ ਉਸ ਤੋਂ ਅੱਗੇ ਆ ਜਾਓ ਤੁਸੀਂ ਕਿ ਸੈਟਿੰਗ ਦੀ ਗੱਲ ਕਰਦੇ, ਕੋਈ ਸੈਟਿੰਗ ਨਹੀਂ ਜੇਲ੍ਹ 'ਚ, ਉਹਦਾ ਮੈਨੂੰ ਮਿਲਣ ਆਏ ਸੀਗੇ ਸਾਰੇ ਲੀਡਰ, ਕਹਿੰਦੇ ਸੀਗੇ ਕਿ ਐਤਕੀ ਕਿਉਂਕਿ ਭਗਵੰਤ ਨੇ ਤੇਰੇ ਨਾਲ ਬੜੀ ਜ਼ਿਆਦਤੀ ਕੀਤੀ ਆ, ਅਤੇ ਅਸੀਂ ਚਾਹਵਾਂਗੇ ਤੂੰ ਸੰਗਰੂਰ ਲੜ, ਉਦੋਂ ਫਾਈਨਲ ਥੋੜ੍ਹੋ ਸੀਟ ਹੁੰਦੀ ਕੋਈ। ਸਾਡਾ ਇੱਕ ਪ੍ਰਕਿਰਿਆ ਵਾ, ਜਦੋਂ ਥੱਲਿਓਂ ਇੱਕ ਤੁਹਾਡੀ ਸਟੇਟ ਆ ਇਲੈਕਸ਼ਨ ਕਮੇਟੀ ਆ, ਉਹ ਨਾਮ ਭੇਜਦੀ, ਫਿਰ ਸਕਰੀਨਿੰਗ ਕਮੇਟੀ ਆ, ਫਿਰ ਸੈਂਟਰਲ ਇਲੈਕਸ਼ਨ ਕਮੇਟੀ। ਮੈਨੂੰ ਉਹ ਬਾਅਦ 'ਚ ਪਤਾ ਲੱਗਿਆ ਕਿ ਮੇਰਾ ਇਕੱਲੇ ਦਾ ਨਾਮ ਹੀ ਗਿਆ, ਇਹਨਾਂ ਦਾ ਨਾਮ ਹੀ ਨਹੀਂ ਗਿਆ ਇਹਦਾ। ਅਗਰ ਇੰਨੀਆਂ ਕਮੇਟੀਆਂ ਦੀ ਜਾਣ ਤੋਂ ਬਾਅਦ ਸੀਟ ਮਿਲਦੀ ਹੈ, ਫਿਰ ਦਲਵੀਰ ਗੋਲਡੀ ਕਹਿੰਦੇ ਮੈਨੂੰ ਪਹਿਲਾਂ ਹੀ ਫਿਕਸ ਕੀਤਾ ਹੋਇਆ ਸੀ 2024 'ਚ ਤੂੰ ਹੀ ਫਾਈਨਲ ਆ। ਨਹੀਂ, ਕਿਉਂ ਇਹ ਕੋਈ ਮਤਲਬ
ਗੋਲਡੀ ਪਾਰਟੀ ਨਾਲ ਵੱਡਾ ਵਾ, 35 ਸਾਲ ਦੀ ਉਮਰ 'ਚ MLA ਬਣ ਗਿਆ, ਇਹਨੂੰ ਕੋਈ ਮਤਲਬ ਇਸ ਗੱਲ ਦੀ ਤਸੱਲੀ ਨਹੀਂ ਹੈ। ਕਿੰਨੇ ਲੋਕ ਨੇ ਜਿਹੜੀਆਂ ਸਾਰੀਆਂ ਉਮਰ ਨਾਲ ਲੰਘ ਜਾਂਦੀਆਂ, ਉਹ MLA ਨਹੀਂ ਬਣ ਸਕਦੇ। ਬਾਕੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਦੇਖੋ, ਇਹ ਤਾਂ ਐਂ ਗਿਲਾ ਕਰ ਰਿਹਾ ਜਿੱਦਾਂ ਇਹ 3 ਵਾਰੀ MP ਰਹਿ ਗਿਆ ਸੀਗਾ ਅਤੇ 2-2 ਲੱਖ 'ਤੇ ਜਿੱਤਦਾ ਸੀਗਾ, ਅਤੇ ਐਤਕੀ ਇਹਦੀ ਟਿਕਟ ਖੋਲੀ। ਕਿਹੜੀ ਟਿਕਟ ਖੋਲੀ? ਇਹਦੀ 75 ਹਜ਼ਾਰ ਵਾਲੀ ਇਹਦੀ ਕੱਟੀ ਆ ਟਿਕਟ। ਇੱਕ ਲਾਸਟ ਗੱਲ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਦੇਖੋ ਜੀ, ਭਗਵੰਤ ਮਾਨ ਦੇ ਆਮ ਆਦਮੀ ਪਾਰਟੀ ਦੇ ਕੋਈ ਬੰਦੇ ਸੀ, ਸ਼ਾਇਦ ਕੋਈ ਮੇਵਾ ਸਿੰਘ ਸੀਗਾ, ਉਹਨੇ ਨਾ ਇਹਦੀ ਜਿਮਨੀ ਚੋਣ 'ਚ ਇਹਦੀ ਵਾਈਫ ਜਿਹੜੀ ਸਿਮਰਤ ਕੌਰ ਆ ਉਹਦੇ ਪਿੱਛੋਂ ਇੱਕ ਛੋਟਾ ਹਾਥੀ ਲਾ ਰੱਖਿਆ ਹੋਰਨ ਬੰਨ ਕੇ, ਕਾਫੀ ਵਾਇਰਲ ਹੋਇਆ ਸੀ। ਹਾਂ, ਉਹਨੂੰ ਤੰਗ ਬਹੁਤ ਕਰਦਾ ਸੀਗਾ ਜਿੱਥੇ ਜਾਂਦੀ ਸੀ ਵਿਚਾਰੀ ਉਹਦੇ ਤੰਗ, ਇਹ ਝਾੜੂ ਵਾਲੇ। ਅਤੇ ਉਹਦੇ ਤੋਂ ਬਾਅਦ ਉਹਨੂੰ ਮਤਲਬ ਭਗਵੰਤ ਮਾਨ ਵੀ ਕਿੱਡਾ ਕਿੰਨੇ ਛੋਟੇ ਲੈਵਲ ਦਾ ਚੀਫ ਮਿਨਿਸਟਰ ਆ, ਉਸ ਬੰਦੇ ਬੇਵਕੂਫ਼ ਨੂੰ ਸਟੇਜ 'ਤੇ ਖੜ੍ਹਾ ਕਰਕੇ ਅਤੇ ਮੋਟਰਸਾਈਕਲ ਦੇ ਕੇ ਅਤੇ ਉਹਨੂੰ ਜਿਹੜਾ ਸੀਗਾ ਓਨਰ ਕੀਤਾ ਗਿਆ। ਜਿਹੜਾ ਆਦਮੀ ਔਰਤਾਂ ਨੂੰ ਤੰਗ ਕਰਦਾ ਔਰ ਕਹਿੰਦਾ ਸੀ ਅਸੀਂ ਗੋਲਡੀ ਦੀ ਘਰਵਾਲੀ ਦੀ ਸਪੀਡ ਚੈੱਕ ਕਰ ਰਹੇ ਹਾਂ, ਸਪੀਡ ਚੈੱਕ ਕਰਨ ਵਾਲੇ ਵੀ ਜੱਫੀ ਪਾ ਗਏ ਅਤੇ ਜਿਹਨਾਂ ਦੀ ਚੈੱਕ ਹੋ ਰਹੀ ਸੀ ਉਹ ਵੀ ਜੱਫੀ ਪਾ ਗਏ। ਇਹਦੇ ਨਾਲੋਂ ਜ਼ਿਆਦਾ ਮਾੜੀ ਗੱਲ ਕੀ ਹੋ ਸਕਦੀ? ਔਰ ਮੈਂ ਤੁਹਾਨੂੰ ਕਹਿੰਦਾ, ਦਾਅਵੇ ਨਾਲ ਕਹਿ ਰਿਹਾ ਕਿ ਕਾਂਗਰਸ ਦਾ ਕੇਡਰ ਜਿੱਥੇ ਧੂਰੀ 'ਚ ਖੜ੍ਹਾ ਸੀਗਾ ਉਹ ਖੜ੍ਹਾ ਵਾ, ਅਤੇ ਥੋੜ੍ਹੀ ਬਹੁਤੀ ਵੋਟ ਸਾਨੂੰ ਵੱਧ ਹੀ ਪਵੇਗੀ। ਖੈਰ ਸਾਹਿਬ, ਜਦੋਂ ਨਾਰਾਜ਼ਗੀ ਹੋਈ ਗੋਲਡੀ ਦੀ, ਤੁਹਾਨੂੰ ਅਨਾਊਂਸ ਕੀਤਾ, ਤੁਸੀਂ ਘਰ ਗਏ, ਰਾਜਾ ਬੜਿੰਗ ਸਾਹਿਬ ਗਏ, ਬੀਬੀ ਭੱਠਲ ਵੀ ਗਏ, ਬਾਹਰ ਆ ਕੇ ਤੁਹਾਡੀ ਬੰਦ ਮੀਟਿੰਗ ਹੁੰਦੀ ਹੈ, ਬਾਹਰ ਆ ਕੇ ਗੋਲਡੀ ਦੇ ਵੱਲੋਂ ਨਾਅਰੇ ਲਾਏ ਗਏ, ਸਾਰੀ ਸਹਿਮਤੀ ਹੋਈ ਹੈ, ਤਾਂ ਉਸ ਤੋਂ ਬਾਅਦ ਕੀ ਗੱਲ ਹੋਈ ਹੈ ਵੀ 2-3 ਦਿਨਾਂ ਦੇ ਵਿੱਚ ਹੀ ਜਿਹੜਾ ਹੈਗਾ? ਤਾਂ ਮੈਂ ਕਹਿ ਰਿਹਾ ਨਾ, ਜੇ ਉਹ ਕਹਿੰਦਾ ਕਿ ਪਹਿਲਾਂ ਸੈਟਿੰਗ ਹੋਈ ਹੋਈ ਸੀ ਤਾਂ ਫਿਰ ਮੈਨੂੰ ਆਪਣੇ ਘਰ ਬੁਲਾ ਕੇ ਆਪਣੇ ਵਰਕਰਾਂ ਦੇ ਸਾਹਮਣੇ ਨਾਅਰੇ ਲਾ ਕੇ ਸਪੋਰਟ ਕਿਉਂ ਕੀਤੀ? ਆ 2 ਦਿਨ ਪਹਿਲਾਂ ਮੈਨੂੰ ਖਾਣੇ 'ਤੇ ਬੁਲਾਇਆ ਵਾ, ਫਿਰ ਸਾਰੇ ਕੌਂਸਲਰ ਬੁਲਾਏ ਸ਼ਹਿਰ ਦੇ, ਫਿਰ ਮੇਰੇ ਨਾਲ ਪਲੈਨਿੰਗ ਕਰਦਾ ਰਿਹਾ। ਤਾਂ ਮੈਂ ਸਮਝਦਾ ਕਿ ਜਿਹੜਾ ਬੰਦੇ ਦਾ ਰਾਤੋ ਰਾਤ ਮਨ ਬਦਲਦਾ ਨਾ, ਉਹ ਤਾਂ ਐਵੇਂ ਬਹਾਨੇ ਬਣਾ ਰਿਹਾ ਕਿ ਜੀ ਪਾਰਟੀ ਨੇ ਪਹਿਲਾਂ ਕੀਤੀ ਹੋਈ ਸੈਟਿੰਗ। ਜੀ, ਜੇ ਪਾਰਟੀ ਨੇ ਮੈਨੂੰ ਟਿਕਟ ਦਿੱਤੀ, ਕੋਈ ਸੋਚ ਕੇ ਦਿੱਤੀ ਹੋਊਗੀ? ਹੁਣ ਇੱਕ ਵੱਡੇ ਲੀਡਰ ਛੋਟੇ ਲੀਡਰ ਦੀ ਗੱਲ ਕਹੀ ਜਾ ਰਹੀ ਹੈ ਕਿ ਸਾਨੂੰ ਛੋਟੇ ਲੀਡਰ ਦੱਸਿਆ ਜਾ ਰਿਹਾ, ਆਪ ਖਹਿਰਾ ਸਾਹਿਬ ਵੱਡੇ ਲੀਡਰ ਸਮਝਦੇ? ਕਦੇ ਕਿਹਾ ਹੀ ਨਹੀਂ ਜੀ ਆਪਣੇ ਮੂੰਹ। ਮੈਂ ਤਾਂ ਸਭ ਤੋਂ ਛੋਟਾ ਲੀਡਰ ਹਾਂ, ਸਭ ਤੋਂ ਜ਼ਿਆਦਾ ਲਤਾੜਿਆ ਹੋਇਆ ਬੰਦਾ ਮੈਂ ਵਾਂ। 16-17 ਮੁਕੱਦਮੇ ਮੇਰੇ ਖਿਲਾਫ਼ ਦਰਜ ਹੋਏ ਨੇ, 4 ਸਰਕਾਰਾਂ ਨੇ ਮੈਨੂੰ ਵਿਕਟਮਾਈਜ਼ ਕੀਤਾ। ਭਗਵੰਤ ਮਾਨ ਨੇ ਫੜ ਕੇ ਮੈਨੂੰ 5 ਪਰਚਿਆਂ 'ਚ, ਜਦੋਂ 3 ਪਰਚਿਆਂ 'ਚ ਨਹੀਂ ਕਬ ਮੈਨੂੰ ਫੜ ਸਕਿਆ, ਫਿਰ ਇੱਕ NDPS ਦਾ ਕੇਸ ਪਾਇਆ, ਇੱਕ ਕੇਸ ਹੋਰ ਪਾਇਆ, 5 ਮੁਕੱਦਮਿਆਂ 'ਚ ਮੈਨੂੰ ਜੇਲ੍ਹ ਭੇਜਿਆ, ਹੋਰ ਮੈਂ ਹੋਰ ਕੀ ਕਹਿ ਸਕਦਾ। ਸੋ ਮੈਂ ਸਟਰਗਲ ਕੀਤਾ ਪੰਜਾਬ ਲਈ, ਇੱਥੇ ਛੋਟੇ ਵੱਡੇ ਦੀ ਗੱਲ ਨਹੀਂ, ਇਹ ਸਿਰਫ ਕਹਿਣ ਨੂੰ ਗੱਲਾਂ ਹੁੰਦੀਆਂ। ਗੋਲਡੀ ਨੇ ਜੋ ਕਦਮ ਚੱਕਿਆ ਵਾ, ਆਉਣ ਵਾਲੇ ਦਿਨਾਂ 'ਚ ਇਹਨੂੰ ਆਪਣੇ ਆਪ ਅਹਿਸਾਸ ਹੋ ਜਾਏਗਾ ਕਿ ਬਹੁਤ ਵੱਡੀ ਗਲਤੀ ਜ਼ਿੰਦਗੀ ਦੀ ਕੀਤੀ ਹੈ। ਪਰ ਹੁਣ ਅਗਰ ਆਪਾਂ ਮਾਹੌਲ ਦੇਖੀਏ ਤਾਂ ਦਲਵੀਰ ਗੋਲਡੀ ਕਾਂਗਰਸ ਛੱਡ ਕੇ ਚਲੇ ਗਏ ਨੇ, ਕਿਤੇ ਨਾ ਕਿਤੇ ਤੁਹਾਡੇ ਜ਼ਿਲ੍ਹੇ ਦੇ ਪ੍ਰਧਾਨ ਲਗਾਏ ਹੋਏ ਸੀ ਕਾਂਗਰਸ ਦੇ, ਤਾਂ ਹੁਣ ਮੁਕਾਬਲਾ ਕਿਵੇਂ ਰਹੂਗਾ? ਕਿਉਂਕਿ ਜੇ ਬਿੱਟੂ ਇੱਕ MP ਰਿਹਾ, ਛੱਡ ਕੇ ਚਲੇ ਗਿਆ, ਅਤੇ ਅਸੀਂ ਲੁਧਿਆਣੇ ਦੀ ਸੀਟ ਫਿਰ ਵੀ ਜਿੱਤ ਗਏ, ਤਾਂ ਫਿਰ ਅਤੇ ਇੱਕ ਜ਼ਿਲ੍ਹੇ ਦਾ ਪ੍ਰਧਾਨ ਛੱਡ ਕੇ ਜਾ ਰਿਹਾ ਵਾ ਆਪਣੇ ਫਾਇਦੇ ਵਾਸਤੇ, ਆਪਣੇ ਜਾਨ ਬਚਾਉਣ ਵਾਸਤੇ, ਉਹਦੇ 'ਚ ਕੋਈ ਫਰਕ ਨਹੀਂ ਪੈਣ ਲੱਗਿਆ। ਖਹਿਰਾ ਸਾਹਿਬ, ਭਗਵੰਤ ਮਾਨ ਸਾਹਿਬ ਨੇ ਅੱਜ ਕਿਹਾ, ਕਹਿੰਦੇ ਖਹਿਰਾ ਸਾਹਿਬ ਪਾਰਟੀ ਆਪਣੇ ਫਾਇਦੇ ਲਈ ਬਦਲ ਸਕਦੇ ਨੇ, ਕਹਿੰਦੇ BJP 'ਚ ਜਾ ਸਕਦੇ ਨੇ। ਇੱਕ ਗੱਲ ਆ, ਮੇਰੀ ਕੈਮਰੇ 'ਤੇ ਸੁਣ ਲਓ ਅਤੇ ਉਹਨੂੰ ਸੁਣਾ ਦਿਓ, ਉਹਨੂੰ ਕਿਹਾ ਜੇ ਮੈਂ ਨਾ BJP ਜੁਆਇਨ ਕੀਤੀ, ਮਾਫ਼ੀ ਮੰਗੇਗਾ ਲੋਕਾਂ ਤੋਂ, ਖੇਰੇ ਤੋਂ ਮਾਫ਼ੀ ਮੰਗੇਗਾ? ਤੁਹਾਨੂੰ ਕੀ ਲੱਗਦਾ ਮੈਂ ਕੋਈ ਸੁੱਕਿਆ ਹੋਇਆ ਪੱਤਾ ਦਰਖਤ ਦਾ ਜਿਹੜਾ ਮਰਜ਼ੀ ਜਿੱਧਰ ਮਰਜ਼ੀ ਹਵਾ ਨਾਲ ਚੱਲ ਜੂਗਾ? ਉਹ BJP ਨੇ ਤਾਂ ਮੈਨੂੰ ਵਿਕਟਮਾਈਜ਼ ਕੀਤਾ, ED ਨੇ ਮੈਨੂੰ 4 ਮਹੀਨੇ ਜੇਲ੍ਹ ਸੁੱਟਿਆ, ਮੈਂ ਉਦੋਂ ਨਹੀਂ ਉਹਨਾਂ ਦੇ ਈਣ ਮੰਨੀ, ਅਤੇ ਇਹ ਭਗਵੰਤਾ ਰਲਿਆ ਹੋਇਆ BJP ਨਾਲ। ਇਹਦਾ ਜੁਆਇੰਟ ਓਪਰੇਸ਼ਨ ਹੋਇਆ ਜਦੋਂ NSA ਲਾ ਕੇ ਦਿਬਰੂਗੜ੍ਹ ਜੇਲ੍ਹ ਭੱਜੇ ਸਾਡੇ ਨੌਜਵਾਨ। ਇਹਨਾਂ ਨੇ ਕਿਹਾ ਮੰਨਿਆ, ਕੇਜਰੀਵਾਲ ਕਹਿੰਦਾ ਦਿੱਲੀ ਨੇ ਹਮਾਰੀ ਮਦਦ ਮੰਗੀ, ਹਮਨੇ ਦਿੱਲੀ ਕੋ ਮਦਦ ਦੀ, ਅਗਰ ਦਿੱਲੀ ਦੁਬਾਰਾ ਮਦਦ ਮੰਗੇਗਾ ਹਮ ਦੁਬਾਰਾ ਮਦਦ ਉਸਕੋ ਦੇਂਗੇ। ਆਹ ਜਿਹੜਾ ਕਿਸਾਨ ਕੁੱਟੇ ਗਏ ਨੇ ਸ਼ੰਭੂ 'ਚ, ਇਹ BJP ਨਾਲ ਜੁਆਇੰਟ ਓਪਰੇਸ਼ਨ ਹੈ ਇਹਦਾ। ਦੱਸੋ ਮੈਨੂੰ ਕਿਹੜਾ ਐਕਸ਼ਨ ਲਿਆ ਇਹਨੇ ਹਰਿਆਣਾ ਪੁਲਿਸ ਦੇ ਖਿਲਾਫ਼? ਸ਼ੁਭਕਰਨ ਮਾਰਤਾ, ਪ੍ਰੀਤਪਾਲ ਚੱਕ ਕੇ ਬੋਰੀ 'ਚ ਲੈ ਗਏ, ਕੁੱਟਿਆ, ਵਾਟ ਐਕਸ਼ਨ ਹੈਜ਼ ਹੀ ਟੇਕਨ? ਇਟਸ ਅ ਜੁਆਇੰਟ ਓਪਰੇਸ਼ਨ। BJP ਨਾਲ ਇਹ ਮਿਲਿਆ ਹੋਇਆ
ਨਾ ਕਿ ਖਹਿਰਾ। ਲਹਿਰਾ ਗਾਗੇ ਦੇ ਵਿੱਚ ਆਏ ਹੋ, ਲਹਿਰਾ ਗਾਗੇ ਦੇ ਇਲਾਕਿਆਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ। ਲਹਿਰਾ ਗਾਗਾ ਦੇ ਵਿੱਚ ਦਲਵੀਰ ਸਿੰਘ ਗੋਲਡੀ ਨੇ ਆਪਣਾ ਅਲੱਗ ਪ੍ਰੋਗਰਾਮ ਕਰਿਆ ਸੀ, ਕਿੰਨਾ ਕੁ ਲੱਗਦਾ ਵੀ? ਹਾਂ, ਪੁੱਛ ਕੇ ਕੀਤਾ ਸੀਗਾ ਜੀ, ਉੱਦਣ ਮੇਰੇ ਕੋਲ ਟਾਈਮ ਨਹੀਂ ਸੀਗਾ। ਉਹਨੇ ਕਿਹਾ ਭਾਅ ਜੀ ਮੈਂ ਉੱਥੇ ਪ੍ਰੋਗਰਾਮ 'ਤੇ ਜਾਵਾਂ, ਮੈਂ ਜਾ, ਉਹ ਕੋਈ ਅਲੱਗ ਪ੍ਰੋਗਰਾਮ ਨਹੀਂ ਸੀ। ਬੀਬੀ ਭੱਠਲ ਦੇ ਉੱਪਰ ਇਲਜ਼ਾਮ ਲਗਾ ਰਹੇ ਨੇ, ਕਹਿੰਦੇ ਖਹਿਰਾ ਸਾਹਿਬ ਨੂੰ ਬੀਬੀ ਭੱਠਲ ਲੈ ਕੇ ਆਈ ਆ। ਨਹੀਂ, ਉਹ ਕਿਉਂ ਨਾ ਲੈ ਕੇ ਆਵੇ, ਕੀ ਉਹਨਾਂ ਦਾ ਅਧਿਕਾਰ ਨਹੀਂ? ਉਹ ਫਾਰਮਰ ਚੀਫ ਮਿਨਿਸਟਰ ਹੈ ਪੰਜਾਬ ਦੀ, ਉਹ ਆਪਣੀ ਦਿੱਲੀ ਨੂੰ ਸਹੀ ਰਾਏ ਦਿੱਤੀ ਉਹਨੇ, ਉਹਨੂੰ ਦਿੱਲੀ ਨੇ ਪੁੱਛਿਆ ਹੋਊਗਾ ਬੀਬੀ ਭੱਠਲ ਨੂੰ, ਉਹਨਾਂ ਨੇ ਜਿਹੜੀ ਰਾਏ ਦਿੱਤੀ, ਜੋ ਉਹਨਾਂ ਨੂੰ ਠੀਕ ਲੱਗਿਆ ਉਹਨਾਂ ਨੇ ਰਾਏ ਦਿੱਤੀ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ 75,000 ਵੋਟ ਲੈ ਕੇ ਸਿਰਫ, ਅਤੇ ਫਿਰ ਆਦਮੀ ਕਹਿ ਰਿਹਾ ਵਾ ਕਿ ਮੈਂ ਬਹੁਤ ਦਾਅਵੇਦਾਰ ਹਾਂ। ਕਿੱਦਾਂ ਦਾਅਵੇਦਾਰ ਹਾਂ? ਭਗਵੰਤ ਮਾਨ ਵਾਲੀ ਅਸੈਂਬਲੀ ਇਲੈਕਸ਼ਨ 'ਚ ਕਿੰਨੀ ਬੁਰੀ ਤਰ੍ਹਾਂ ਹਾਰ ਹੋਈ ਹੈ, ਮਤਲਬ ਕੋਈ ਆਪਾਂ ਮਤਲਬ ਕੰਧਾਂ 'ਤੇ ਲਿਖਿਆ ਹੋਇਆ ਪੜ੍ਹਨ ਨੂੰ ਤਿਆਰ ਨਹੀਂ, ਆਪਾਂ ਆਪਣੀ ਝੂਠੀ ਸ਼ੋਹਰਤ ਕਿਉਂ ਬਣਾ ਰਹੇ ਹਾਂ? ਆਪਾਂ ਜਾਂ ਤਾਂ ਹੁੰਦਾ ਨਾ ਕਿ ਉਹਨੂੰ ਇਸ ਇਲੈਕਸ਼ਨ ਵਿੱਚ ਉਹ ਸਿਮਰਨਜੀਤ ਮਾਨ ਦੀ ਜਗ੍ਹਾ 'ਤੇ ਜਿੱਤਿਆ ਹੁੰਦਾ, MP ਬਣ ਜਾਂਦਾ, ਫਿਰ ਇਹਦੀ ਟਿਕਟ ਕੱਢਦੇ, ਫਿਰ ਮਾੜੀ ਗੱਲ ਸੀ। ਹੁਣ ਕਹਿੰਦੇ ਮੈਂ ਕੱਲ੍ਹ ਨੂੰ ਉੱਥੇ ਆਊਂਗਾ ਜੀ, ਮੇਰੇ ਕੋਲ ਬਹੁਤ ਫੈਕਟ ਪਏ ਨੇ, ਮੈਂ ਪਿੰਡ ਦੇ ਵਿੱਚ ਪਹੁੰਚੂਗਾ, ਉੱਥੇ ਮੁਕਾਬਲਾ ਦੇਖਾਂਗੇ। ਚਲੋ, ਉਹ ਉਹਨਾਂ ਦੀ ਮਰਜ਼ੀ ਆ ਜੀ, ਮੈਂ ਕਿਸੇ ਬਾਰੇ ਕੀ ਕਹਿਣਾ? ਮੈਂ ਤਾਂ ਉਹਨੂੰ ਆਪਣੇ ਬੱਚਿਆਂ ਵਾਂਗੂ ਟ੍ਰੀਟ ਕੀਤਾ ਸੀ, ਮੈਂ ਤਾਂ ਸਟੇਜ 'ਤੇ ਖੜ੍ਹ ਕੇ ਕਿਹਾ ਕਿ ਇਹ ਬੰਦਾ ਮੇਰੇ ਬੇਟੇ ਮਹਿਤਾਬ ਖੇਰੇ ਵਰਗਾ ਵਾ, ਅਤੇ ਉਹਨੂੰ ਜਿੰਨੀ ਮੁੱਲ ਪਾ ਸਕਿਆ ਤਾਂ ਉਹਦੀ ਮਰਜ਼ੀ ਆ। ਖਹਿਰਾ ਸਾਹਿਬ, ਸੰਗਰੂਰ ਤੋਂ BJP ਨੂੰ ਹਜੇ ਤੱਕ ਫੇਸ ਨਹੀਂ ਅਨਾਊਂਸ ਕੀਤਾ, ਕਿਸ ਤਰੀਕੇ ਨਾਲ ਦੇਖਦੇ ਹੋ BJP ਦਾ, ਕਿਸ ਤਰੀਕੇ ਤੁਸੀਂ ਇਲਾਕੇ ਦੇ ਵਿੱਚ ਜਾ ਰਹੇ ਹੋ ਤਾਂ ਕਿੱਦਾਂ ਦਾ ਮੁਕਾਬਲਾ BJP ਦੇ ਨਾਲ ਹੋ ਸਕਦਾ? BJP ਦਾ ਮੇਰਾ ਖਿਆਲ ਆ ਪੰਜਾਬ ਦੇ ਵਿੱਚ ਕੋਈ ਬਹੁਤਾ ਆਧਾਰ ਨਹੀਂ, ਇਨ ਦਾ ਸੈਂਸ ਕਿ ਸ਼ਹਿਰਾਂ ਤੱਕ ਮਹਦੂਦ ਆ, ਪਿੰਡਾਂ 'ਚ ਉਹਨਾਂ ਨੂੰ ਐਂਟਰੀ ਨਹੀਂ ਹੈਗੀ, ਕਿਉਂਕਿ ਜੋ ਉਹਨਾਂ ਦਾ ਰਵੱਈਆ ਨਾ ਪੰਜਾਬ ਦੇ ਪ੍ਰਤੀ, ਪੰਜਾਬ ਦੇ ਕਿਸਾਨਾਂ ਨੂੰ ਕੁੱਟਿਆ, ਸਾਡੇ ਨੌਜਵਾਨ ਸ਼ੁਭਕਰਨ ਨੂੰ ਮਾਰਤਾ, ਉਹ ਤੋਂ ਪਹਿਲਾਂ 3 ਸਾਲ ਪਹਿਲਾਂ ਅੰਦੋਲਨ ਹੋਇਆ, ਉੱਥੇ 600-700 ਬੰਦਾ ਮਰ ਗਿਆ, ਵਾਈ ਵੁੱਡ ਫਾਰਮਰਸ, ਵਾਈ ਵੁੱਡ ਰੂਰਲ ਪਾਪੂਲੇਸ਼ਨ, ਪਿੰਡਾਂ ਦੀ ਪਾਪੂਲੇਸ਼ਨ ਵੋਟ ਨਹੀਂ ਪਾਏਗੀ? ਔਰ ਜੋ ਘੱਟ ਗਿਣਤੀਆਂ ਨੇ ਮਲੇਰਕੋਟਲੇ ਦੇ ਮੁਸਲਮਾਨ ਔਰ ਸਿੱਖ ਨੇ ਪੰਜਾਬ ਦੇ, ਉਹਨਾਂ ਨੂੰ ਪਤਾ ਵਾ ਕਿ ਅਗਰ BJP ਆ ਗਈ ਦੁਬਾਰਾ ਤਾਂ ਸਾਡੇ ਧਾਰਮਿਕ ਹਕੂਕ, ਸਾਡੇ ਪਤਾ ਨਹੀਂ ਵੋਟ ਦਾ ਰਾਜ ਰਹਿਣਾ ਕਿ ਨਹੀਂ ਰਹਿਣਾ, ਸਾਡੇ ਮੌਲਿਕ ਅਧਿਕਾਰ ਬਚਣੇ ਕਿ ਨਹੀਂ ਬਚਣੇ ਜੀ। ਅੰਮ੍ਰਿਤਪਾਲ ਜਿੱਥੋਂ ਖੜ੍ਹਾ ਹੋ ਰਿਹਾ ਉੱਥੇ ਸਿਮਰਨਜੀਤ ਸਿੰਘ ਮਾਨ ਨੇ ਆਪਣਾ ਉਮੀਦਵਾਰ ਵਾਪਸ ਲੈ ਲਿਆ, ਤੁਹਾਡੀ ਵੀ ਆਈਡੀਓਲੋਜੀ ਮਿਲਦੀ ਆ, ਤਾਂ ਕੀ ਲੱਗਦਾ ਵੀ ਹਾਂ ਉੱਥੇ ਤੁਹਾਨੂੰ ਵੀ ਸਪੋਰਟ ਕਰਨੀ ਚਾਹੀਦੀ? ਮੈਂ ਕਿੱਦਾਂ ਕਰ ਸਕਦਾ ਜੀ, ਮੈਂ ਕਦੀ ਇੱਦਾਂ ਦੀ ਗਲਤ ਗੱਲ ਕਰ ਸਕਦਾ? ਮੈਂ ਇੱਕ ਪਾਰਟੀ ਦੇ ਦਾਇਰੇ 'ਚ ਹਾਂ, ਮੈਂ NSA ਲਾ ਕੇ ਨੌਜਵਾਨਾਂ ਨੂੰ ਬਾਹਰ ਜਾਣ ਦਾ ਵਿਰੋਧ ਕੀਤਾ, ਦੈਟ ਇਜ਼ ਇਨਜਸਟਿਸ। ਮੈਂ ਇਹ ਨਹੀਂ ਕਦੀ ਕਿਹਾ ਕਿ ਫਲਾਨਾ ਆਦਮੀ ਹੈਗਾ ਅਤੇ ਉਹ ਅਗਰ ਇਲੈਕਸ਼ਨ ਲੜੇਗਾ ਤਾਂ ਮੈਂ ਉਹਦੀ ਸਪੋਰਟ, ਮੈਂ ਤਾਂ ਨਹੀਂ ਕਦੀ ਕਿਹਾ ਸੀਗਾ। ਮੈਂ ਕਹਿੰਦਾ ਕਿ ਉਹਨਾਂ ਦੀ ਟ੍ਰਾਇਲ ਅੰਮ੍ਰਿਤਸਰ 'ਚ ਕਿਉਂ ਨਹੀਂ ਕੀਤੀ, ਉਹਨੂੰ ਪੰਜਾਬ ਦੀ ਜੇਲ੍ਹ 'ਚ ਕਿਉਂ ਨਹੀਂ ਰੱਖਿਆ? ਭਗਵੰਤ ਮਾਨ ਇਹ ਦੱਸੇ, ਮੈਂ ਜਿਹੜਾ ਇੱਕ ਕਿਸੇ ਨਾਲ ਬੇਇਨਸਾਫੀ ਹੁੰਦੀ, ਚਾਹੇ ਉਹ ਅੰਮ੍ਰਿਤਪਾਲ ਹੈ, ਚਾਹੇ ਸਿੱਧੂ ਮੂਸੇਵਾਲਾ ਦਾ ਮੁੰਡਾ, ਚਾਹੇ ਉਹ ਸ਼ੁਭਕਰਨ ਹੈ, ਚਾਹੇ ਉਹ ਜਿਹੜੇ ਸਾਡੇ ਪੁਰਾਣੇ ਕਿਸਾਨ ਮਾਰੇ ਗਏ ਜਾਂ ਸੰਦੀਪ ਨੰਗਲ ਅੰਬੀਆ ਕਬੱਡੀ ਪਲੇਅਰ ਮਾਰ ਗਿਆ, ਮੇਰੀ ਬੇਇਨਸਾਫੀ ਦੇ ਖਿਲਾਫ ਲੜਾਈ ਹੈਗੀ ਅੱਜ। ਤੁਹਾਨੂੰ ਤਿਆਰੀਆਂ ਕਿਵੇਂ ਨੇ? ਵਧੀਆ ਜੀ, ਐਨ ਵਧੀਆ, ਟੌਪ ਕਲਾਸ। ਮੈਨੂੰ ਤਾਂ ਵੋਟ ਪੈਣੀ ਆ ਬਿਯੋਂਡ ਪਾਰਟੀ ਲਾਈਨਸ, ਆਪ ਮੁਹਾਰੇ ਅਕਾਲੀ ਦਲ ਦੇ ਵਰਕਰਾਂ ਨੇ ਪਾਉਣੀ ਆ, ਝਾੜੂ ਦੇ ਚੰਗੇ ਵਰਕਰਾਂ ਨੇ ਪਾਉਣੀ ਆ, ਅਤੇ ਮੇਰੇ ਕਾਂਗਰਸ ਦੇ ਕੇਡਰ ਨੇ ਭੱਬਾਂ ਪਾਰ ਹੋ ਕੇ ਕੰਮ ਕਰਕੇ ਵੋਟ ਪਾਉਣੇ।